ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ। ਤੇ ਟਾਈਮ ਸਵੇਰ ਦੇ 11 ਵੱਜ ਗਏ। ਆਪਾਂ ਆਪਣੀ ਸ਼ੌਪ ਦਾ ਸਾਰਾ ਕੰਮ ਕਰਨ ਵਿੜ ਕੇ ਫ੍ਰੀ ਹੋ ਗਏ ਆ, ਤਾਂ ਕਿ ਹੁਣ ਆਪਾਂ ਫੋਨ ਵਗੈਰਾ ਕਰ ਲਈਏ ਆਪਣੇ ਪਿੰਡਾਂ ਦੇ ਵਿੱਚ, ਦੇਖੀਏ ਕਿਹੜਾ ਕਿਹੜਾ ਸਰਪੰਚ ਖੜ ਰਿਹਾ, ਕਿਹੜੀ ਕੀ ਸਰਪੰਚੀ ਦੀ ਗੱਲਬਾਤ ਚੱਲਦੀ ਆ। ਹੁਣ ਤਾਂ ਜਿੱਥੇ ਮਰਜ਼ੀ ਫੋਨ ਕਰ ਲਓ, ਜਿਹੜਾ ਮਰਜ਼ੀ ਸਾਈਟ ਖੋਲੋ, ਚਾਹੇ ਯੂਟਿਊਬ ਖੋਲੋ, ਇੰਸਟਾਗ੍ਰਾਮ ਖੋਲੋ, ਫੇਸਬੁੱਕ ਖੋਲੋ, ਜੋ ਮਰਜ਼ੀ ਖੋਲੋ, ਜਿਹਨੂੰ ਮਰਜ਼ੀ ਫੋਨ ਕਰ ਲਓ, ਇੱਕੋ ਗੱਲ ਸਾਰੇ ਪਾਸੇ, ਸਰਪੰਚੀ ਸਰਪੰਚੀ ਸਰਪੰਚੀ। ਤੇ ਅਸਲ ਵਿੱਚ ਨਾ ਇਹ ਬੜਾ ਵੱਡਾ ਫੈਸਲਾ ਹੁੰਦਾ ਹੈ ਆਪਣੇ ਪੰਜਾਬੀਆਂ ਦਾ, ਆਪਣੇ ਪਿੰਡ ਦੇ ਵਿੱਚ ਇੱਕ ਇੱਦਾਂ ਦਾ ਬੰਦਾ ਚੁਣਨਾ ਜਿਹੜਾ ਪਿੰਡ ਨੂੰ ਕਿਤੇ ਮੰਜ਼ਿਲ ਤੱਕ ਕਿਸੇ ਪਾਸੇ ਲੈ ਕੇ ਜਾਵੇ। ਤੇ ਤਾਂ ਕਰਕੇ ਸਾਰੇ ਬੰਦਿਆਂ ਨੂੰ, ਸਾਰੇ ਸਮਝਦਾਰ ਹੈ ਤੇ ਸਾਰਿਆਂ ਨੂੰ ਐਨ ਦੇਖ ਪਰਖ ਕੇ ਆਪਣਾ ਬੰਦਾ ਚੁਣਨ ਦਾ ਪੂਰਾ ਅਧਿਕਾਰ ਹੈ ਤੇ ਚੁਣਦੇ ਵੀ ਹਾਂ। ਤੇ ਆਪਾਂ ਹੀ ਬਸ ਹੁਣ ਕੰਮ ਕਰਨ ਨਿਬੇੜਤਾ, ਤੇ ਹੁਣ ਚੱਲਦੇ ਥੋੜ੍ਹਾ ਬਹੁਤ ਸਮਾਨ ਆਪਾਂ ਜਾ ਕੇ ਲੈ ਕੇ ਆਉਣਾ, ਤੇ ਨਾਲ ਦੀ ਨਾਲ ਫੋਨ ਕਰਾਂਗੇ ਆਪਾਂ ਪਿੰਡ ਦੇ ਵਿੱਚ ਕਿਹਨੇ ਕਾਗਜ਼ ਭਰਤੇ ਅੱਜ, ਕਿਹਨੇ ਕੀ ਕਰਤਾ, ਹੈ ਨਾ। ਸਾਰੀ ਪੂਰੀ ਗਤੀਵਿਧੀ ਹੁਣ ਤਾਂ ਸਾਡੇ ਸਿੰਮੇ ਹੋਣੀ ਵੀ, ਦਵਿੰਦਰ ਹੋਣੀ ਵੀ, ਜਿਹਨੂੰ ਮਰਜ਼ੀ ਦੇਖ ਲਓ, ਤੇ ਹਰੇਕ ਬੰਦਾ ਫੋਨ ਤੇ ਲੱਗਿਆ ਹੁੰਦਾ ਬਸ। ਐਤਵਾਰ ਸਿੰਮੇ ਨੇ ਔਰ ਦਵਿੰਦਰ ਨੇ ਨਾ ਸਾਰੀ ਛੁੱਟੀ ਇੱਕੋ ਫੁੰਜੇ ਬੈਠਾ, ਇੱਕੋ ਫੁੰਜੇ ਬੈਠਾ। ਮੈਂ ਕਿਹਾ ਵੀ ਅੱਜ ਇੰਨਾ ਕਾਹਦੇ ਫੋਨ ਕਰੀ ਜਾਂਦੇ ਹੈ, ਅੱਗੇ ਤਾਂ ਕਰਦੇ ਨੀ। ਮੈਂ ਕਿਹਾ ਵੀ ਅੱਜ ਤੁਸੀਂ ਇੰਨਾ ਫੋਨ ਕਾਹਦੇ ਕਰੀ ਜਾਂਦੇ। ਕਹਿੰਦਾ ਸਰਪੰਚੀ ਨੂੰ ਫੁਲਾ ਵੀ ਸਰਪੰਚੀ ਹੈ, ਤੁਸੀਂ ਸਰਪੰਚ ਬਣਨਾ, ਤੁਸੀਂ ਕੀ ਲੈਣਾ, ਹੈ ਨਾ। ਪਰ ਮੈਨੂੰ ਨਹੀਂ ਸੀ ਪਤਾ ਜਿਵੇਂ ਹੁਣ ਰੌਲਾ ਪੈ ਰਿਹਾ ਹੈ ਨਾ। ਤੇ ਗੁਰਸ਼ਾਨ ਸਿੰਘ ਆਪਣਾ ਕਰ ਰਿਹਾ ਸਟੱਡੀ ਮੈਥਮੈਟਿਕ, ਮੈਥ ਪੜ੍ਹ ਰਿਹਾ ਮੁੰਡਾ ਨਾ, ਕਿਹੜੇ ਸਮਝ ਰਿਹਾ ਇਹ? ਇਹ ਹੈਗੀ ਹੈ ਐਕਸਪ੍ਰੈਸ਼ਨਸ, ਐਕਸਪ੍ਰੈਸ਼ਨੀ ਐਕਸਪ੍ਰੈਸ਼ਨੀ ਜਿਹੜੇ ਆ ਹੁੰਦੇ ਆ ਇਹਨਾਂ ਪੋਟੈਂਸੀ, ਮੰਨ ਲਓ ਵੀ ਪੰਜ ਦੇ ਉੱਪਰ ਪੰਜ ਲਿਖਿਆ ਹੋਇਆ, ਮਤਲਬ ਵੀ ਪੰਜ ਪੰਜ ਵਾਰੀ ਆਪਣੇ ਖੁਦ ਨਾਲ ਗੁਣਾ, ਜਾਣੀ ਕਿ ਪੰਜ ਗੁਣਾ ਪੰਜ ਗੁਣਾ ਪੰਜ ਗੁਣਾ ਪੰਜ ਗੁਣਾ ਪੰਜ ਪੰਜ ਨੂੰ ਆਪਣੇ ਆਪਣੇ ਪੰਜ ਨੂੰ ਗੁਣਾ ਕਰ ਰਹੇ। ਹਾਂਜੀ, ਪਰ ਜਿਵੇਂ ਆ ਪੰਜ ਪਹਿਲਾਂ ਆ ਆਉਂਦਾ, ਇਹਦੇ ਵਿੱਚ ਆਪਾਂ ਪਲੱਸ ਕਰ ਸਕਦੇ ਹਾਂ ਜੀ, ਸੇਮ ਆ ਥੱਲੇ ਪੰਜਾਂ ਉੱਪਰ ਅਲੱਗ ਅਲੱਗ। ਚਾਰ ਪਲੱਸ ਦੋ ਹੋ ਗਿਆ ਛੇ, ਛੇ ਮਾਈਨਸ ਪੰਜ, ਕਿਉਂਕਿ ਉੱਥੇ ਡਿਵਾਈਡ ਆ ਤਾਂ ਮਾਈਨਸ ਹੋਊਗਾ, ਛੇ ਮਾਈਨਸ ਪੰਜ ਹੋ ਗਿਆ ਇੱਕ, ਤੇ ਇੱਕ ਉੱਪਰ ਹੁੰਦਾ ਨਹੀਂ ਤਾਂ ਇਹ ਪੰਜ ਰਹਿ ਗਿਆ। ਓਕੇ, ਤਾਂ ਕੰਮ ਹੋ ਕੰਪਲੀਟ ਹੋ ਗਿਆ ਕੰਮ, ਲੈ ਗੁਰਸ਼ਾਨ ਸਿੰਘ ਨੇ ਮਿੱਤਰੋ ਕੰਮ ਨਿਬੇੜਤਾ। ਤੇ ਆਪਾਂ ਹੁਣ ਲੱਗਦੇ ਅਸੀਂ ਚੱਲਦੇ ਹਾਂ ਸਮਾਨ ਜਾ ਕੇ ਲੈ ਕੇ ਆਉਣਾ ਆਪਣੀ ਮਾਰਕੀਟ ਆਈਓ ਰਾਣਾ ਦੇ ਵਿੱਚੋਂ। ਸਿਮਾ ਕਿੰਨੇ ਲੱਗਣੇ ਬਾਲਟੀ ਕੈਚ ਮੈਂਗਸ ਦੀਆਂ? ਮੈਂ ਦੋ ਤਿੰਨ ਤੇ ਲਿਆਵਾਂਗੇ ਜਾ ਕੇ, ਕੰਮ ਨਿਬੜੂਗਾ ਨਾ। ਠੀਕ ਹੈ ਜੀ, ਸਮਾਨ ਤਾਂ ਮੈਨੂੰ ਪਤਾ ਸ਼ੋਪ ਤੇ ਲੱਗਦੇ ਹੁੰਦਾ ਆਪਣੀ ਜਗ੍ਹਾ, ਜੇ ਆਪਾਂ ਸਮਾਨ ਜੇ ਸਮਾਨ ਇੱਕ ਹੀ ਚੀਜ਼ ਲੈਂਦੀ ਫਿਰ ਬਾਅਦ ਮੁੱਕੀ ਜਾਂਦੀ ਉਹ, ਜਿਹੜਾ ਚੀਜ਼ ਲਾਉਣੀ ਆ ਆਪਾਂ ਕੁਆਂਟਿਟੀ ਵਿੱਚ ਜਾ ਕੇ ਲੈ ਕੇ ਆਉਣੀ ਆ। ਤੇ ਤੁਸੀਂ ਕੀ ਧਰਤੇ ਇੱਧਰ ਅੱਜ? ਅੱਜ ਮੈਂ ਗੁਰਸ਼ਾਨ ਕਹਿੰਦਾ ਮੈਂ ਪਨੀਰ ਸਬਜ਼ੀ ਖਾਣੀ ਆ, ਪਨੀਰ ਦੀ, ਚਾਹੇ ਪਾਲਕ ਪਨੀਰ ਚਾਹੇ ਮਟਰ ਪਨੀਰ, ਉਹਨੂੰ ਪੁੱਛ ਲੈਣੀ ਆ ਕਿਹੜਾ ਖਾਣਾ ਜੀ। ਠੀਕ ਹੈ ਸ਼ਾਮ, ਮੇਰੇ ਮਨ ਦੇ ਵਿੱਚ ਦਾਲ ਸਬਜ਼ੀ ਸਨੋ ਮੋਰ, ਹਾਂ ਓਨਲੀ ਪਨੀਰ, ਓਨਲੀ ਪਨੀਰ, ਓਨਲੀ ਪਨੀਰ ਮੈਂ ਕੁਛ ਪਾਲਕ ਪਨੀਰ ਹੋਣਾ, ਬਟਰ ਪਾ ਦੀ, ਪਾਲਕ ਲੈਣੀ, ਪਾਲਕ ਪਨੀਰ ਬਣਾ ਲੈਣੀ ਹੈ, ਪਾਲਕ ਲੈ ਆ ਦੇ ਮੈਨੂੰ ਉੱਥੋਂ ਮੜੀ ਸਾਹਮਣੇ ਮਾਰਕੀਟ ਤੋਂ ਪਾਲਕ ਪਨੀਰ ਬਣਾ ਦਿੰਦੀ। ਨਹੀਂ 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 ਫਿਰ ਤੁਸੀਂ ਸ਼ਾਹੀ ਪਨੀਰ ਬਣਾ ਲਓ, ਚਾ ਸ਼ਾਹੀ ਪਨੀਰ। ਠੀਕ ਸਰ, ਲੈ ਬੋ ਸਿਰ ਤੇ ਬੰਨਾ ਰੁਮਾਲ, ਚੱਲੀ ਆਪਾਂ। ਠੀਕ ਹੈ, ਤੁਸੀਂ ਕੀ ਖਾਣਾ, ਤੁਸੀਂ ਕੀ ਖਾਣਾ, ਤੁਸੀਂ ਕੀ ਖਾਣਾ, ਤੁਸੀਂ ਹੱਥ ਖਾਣਾ ਮੇਰਾ, ਤੁਸੀਂ ਕੀ ਖਾਣਾ, ਤੈਨੂੰ ਸਰਪੰਚ ਬਣਾ ਦਈਏ ਪੈਂਥਰ, ਹੈ ਤੈਨੂੰ ਸਰਪੰਚ ਬਣਾ ਦਈਏ, ਤੈਨੂੰ ਸਰਪੰਚ ਬਣਾ ਦਈਏ, ਲੱਸ ਆਉਟ ਦਾ ਸਰਪੰਚ ਤਾਂ ਜੀ ਇਹ ਉਂਝ ਫ੍ਰੀ ਦੇ ਸਰਪੰਚ ਬਣਿਆ ਰਹਿੰਦਾ, ਉੱਥੇ ਬੈਠਾ ਹੁੰਦਾ ਗੇਟ ਦੇ, ਗੇਟ ਪਰ ਰਾਖੀ ਨੂੰ ਦੇਖਦਾ ਰਹਿੰਦਾ, ਆਲੇ ਦੁਆਲੇ ਖਾਣ ਲੱਗ ਗਏ, ਖਾਣ ਚਲੇ ਗਏ। ਵੈਰੀ ਗੁੱਡ, ਹੁਣ ਬਣੀ ਹੈ ਗੱਲ, ਚਲੀ ਫਿਰ, ਚਲੋ ਤਿਆਰ ਹੈ, ਤਿਆਰ, ਆਰ ਯੂ ਰੈਡੀ? ਆਈ ਐਮ ਰੈਡੀ। ਆ ਜਾਈ ਪੁੱਤਰੀਏ। ਹਾਂਜੀ, ਚਾਹ ਪੀ ਲਈ? ਚਾਹ ਜੂ ਪੀਆ ਹੈ, ਪੀਆ ਹੈ, ਕਾਫੀ ਕੋਈ ਪੀਣੀ ਬਾਹਰ ਤੇ? ਨਹੀਂ 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 ਪੀਣੀ, ਪੱਕੀ ਗੱਲ ਹੈ, ਪੱਕੀ, ਐਂ ਡਨ ਹੋ ਗਿਆ। ਇੱਕ ਵਾਰੀ ਗੁਰਸ਼ਾਨ ਆਪਣੀ ਉਹ ਭੁੱਲੇ ਆ ਜਿਹੜੀ ਨਹੀਂ ਹੁੰਦੀ ਬੁੱਕਸ, ਅੱਧੀਆਂ ਲੈ ਲਈ ਸੀ ਆਪਾਂ ਆਰਡਰ ਕਰਤੀਆਂ ਸੀਗੀਆਂ, ਤੇ ਅੱਧੀਆਂ ਕਹਿੰਦੇ ਆਉਣੀਆਂ ਸੀਗੀਆਂ, ਤੇ ਉਹ ਹੁਣ ਲਿਸਟ ਲੈ ਕੇ ਗੁਰਸ਼ਾਨ ਵੀਰ ਆ ਰਿਹਾ, ਤੇ ਆਪਾਂ ਜਾਵਾਂਗੇ ਕਰਤਲ ਉਰੀਆ ਤੇ ਪ੍ਰੀਮਾ।
ਤੇ ਉੱਥੇ ਜਾ ਕੇ ਦਿਖਾਵਾਂਗੇ ਉਹਨਾਂ ਨੂੰ ਵੀ ਕਿਤਾਬਾਂ ਸਾਡੀਆਂ ਆ ਗਈਆਂ, ਅੱਧੀਆਂ ਬੁੱਕਸ ਉਹਨਾਂ ਨੇ ਦੇਤੀਆਂ ਸੀਗੀਆਂ, ਤੇ ਅੱਧੀਆਂ ਆਪਾਂ ਜਾ ਕੇ ਆਹ ਵਾਲੀ ਜਾ ਕੇ ਦਿਖਾ ਕੇ ਆਵਾਂਗੇ। ਆਹ ਦੇਖੋ ਇੱਦਾਂ ਲਿਸਟ ਬਣਾ ਕੇ ਦੇ ਦਿੰਦੇ ਹਾਂ ਜਿੰਨੀਆਂ ਬੁੱਕਸ ਚਾਹੀਦੀਆਂ ਉਹ ਸਾਰੀਆਂ ਆ ਹੈ। ਸਰ ਕਿੰਨੇ ਕਿਤਾਬਾਂ ਲੱਗੇ ਤੈਨੂੰ? 1, 2, 3, 4, 5, 6, 7, 8, 9, 10, 11, 12, 13, 14 ਪਹੁੰਚ ਗਏ ਆਪਾਂ ਬੁੱਕ ਸ਼ੋਪ ਦੇ ਉੱਤੇ, ਤੇ ਇਹਨੂੰ ਕਹਿੰਦੇ ਆ ਕਰਤਲੋਰੀਆ। ਆਹ ਵਾਲੀ ਦੁਕਾਨਾਂ ਸਾਰੀਆਂ ਹੈਗੀਆਂ ਆਪਣੀਆਂ ਮਿੰਨੀ ਮਾਰਕੀਟਸ, ਜਿੱਥੋਂ ਇੰਡੀਆ ਨੂੰ ਪੈਸੇ ਪੂਸੇ ਪੈ ਜਾਂਦੇ ਆ, ਵੈਸਟਰਨ ਯੂਨੀਅਨ ਦੇ ਰਾਹੀਂ ਇੱਦਾਂ ਪੈ ਜਾਂਦੇ ਆ। ਤੇ ਇੱਧਰ ਹੈਗੀ ਆਪਣੀ ਕਰਤਲੋਰੀਆ, ਇੱਥੇ ਆਪਾਂ ਸ਼ਾਮ ਜਾ ਕੇ ਕੁਛ ਪੁੱਛ ਕੇ ਜਾਈਏ ਇੱਕ ਵਾਰੀ। ਹਾਂਜੀ ਜੇ ਤਾਂ ਆ ਗਈਆਂ ਹੋਈਆਂ ਫਿਰ ਮੈਂ ਉਤਰ ਜਾਊਂਗਾ ਥੱਲੇ, ਹਾਂਜੀ ਜੇ ਨਾ ਆਈਆਂ ਹੋਈਆਂ ਹਾਂਜੀ ਫਿਰ ਕੋਈ ਗੱਲ ਨਹੀਂ, ਠੀਕ ਓਕੇ ਦੇਖ ਪਤਾ ਕਰੀ ਕੋਈ ਗੱਲ ਨਹੀਂ। ਕਹਿੰਦੇ ਵੀ ਅੱਧ ਤੋਂ ਜ਼ਿਆਦਾ ਆ ਗਈ, ਕਾਫੀ ਆ ਗਈ, ਕੁਛ ਕੀ ਰਹਿ ਗਈ, 3-4 ਕੀ ਫਿਰ ਲੈ ਲਈ ਤਾਂ ਇਕੱਠੀ ਲੱਗ ਜਾਏਗੀ। ਨਹੀਂ ਲੈ ਜਾਂਦੇ ਲੈ ਲਈ ਕੁਛ ਕਿਉਂ, ਕੁਛ ਕਿ ਲੈ ਲੈਂਗੇ। ਚੱਲ ਫਿਰ ਲੈ ਪੁੱਤਰੀਏ ਤੇਰਾ ਭਲਾ ਹੋ ਜਾਏ। ਕਿੰਨਾ ਭਲਾ ਹੈ, ਹਲੇ 3 ਬੁੱਕਸ ਰਹਿ ਗਈਆਂ ਤੇਰੀਆਂ ਨਾ। ਯੈ ਡਾਕਟਰ ਮੈਨੂੰ ਕਹਿੰਦਾ ਵੀ ਦਿਨ ਦੇ ਵਿੱਚ ਘੱਟੋ ਘੱਟ 2.5-3 ਲੀਟਰ ਪਾਣੀ ਪੀਆ ਕਰ, ਹਾਲਾਂਕਿ ਮੈਂ 1-1.5 ਲੀਟਰ ਪਾਣੀ ਪੀਂਦਾ ਹੈ। ਅਤੇ ਉਹ ਕਹਿੰਦਾ ਜੇ ਭੱਠੀ ਮੂਹਰੇ ਕੰਮ ਕਰਦਾ ਤਾਂ ਲੀਟਰ ਖੰਡ ਵਧਾ ਲਾ ਆਪਣਾ, ਵੀ ਅੰਦਰ ਭੱਠੀ ਮੂਹਰੇ ਸੀਕ ਪੈਂਦਾ ਨਾ ਉਹ ਅੱਧਾ ਪਾਣੀ ਤਾਂ ਵੈਸੇ ਸੁੱਕ ਜਾਂਦਾ, ਪਾਣੀ ਥੋੜ੍ਹੀ ਮਾਤਰਾ ਘੱਟ ਹੈ, ਪਾਣੀ ਹੋ ਵਧਾ। ਅਤੇ ਆਪਾਂ ਦੇਖੋ ਖੜ੍ਹੇ ਹਾਂ ਟੂਟੀ ਉੱਤੇ, ਇੱਥੋਂ ਰਸਤੇ ਚੱਲੀ ਟੂਟੀ ਮੈਨੂੰ ਮਿਲ ਗਈ ਬੋਤਲਾਂ ਪਾਣੀ ਦੀ, ਆਪਾਂ ਹੁਣ ਆਪਣੇ ਨਾਲੇ ਰੱਖੇ ਕਰਨੀ ਆਪਣੇ, ਪਾਣੀ ਵਧਾ ਦੇਣਾ ਆਪਾਂ ਨੇ। ਪਹਿਲਾਂ 1.5 ਤੋਂ 2 ਲੀਟਰ ਸੀਗਾ, ਹੁਣ 3.5 ਤੋਂ 4 ਲੀਟਰ ਪਾਣੀ ਕਰ ਦੇਣਾ ਆਪਾਂ ਨੇ ਪੀਣ ਦੇ। ਦੱਬ ਕੇ ਪਾਣੀ ਪੀ, ਜਿੰਨਾ ਤੂੰ ਪੀ ਹੁੰਦਾ ਉਨਾ ਪਾਣੀ ਪੀ। ਚੱਲ ਜੀ ਸਰ ਜੀ ਚਲੋ, ਮੈਂ ਕਹਿੰਦਾ ਮੈਂ ਗੱਡੀ ਬਹਿ ਤੋਂ ਜਾ ਕੇ ਸਮਾਨ ਚੱਕ ਲਿਆ ਗੱਲਾਂ ਜੀ। ਉਲਟ ਕਰ ਲਓ ਜੇ ਇਹ ਵੀ ਸਹੀ ਹੈ, ਦਿਲ ਕਰਦਾ ਪੈਣ ਨੂੰ। ਹਾਂ ਧੁੱਪ ਧੁੱਪ ਆਉਂਦੀ ਹੈ ਵਧੀਆ ਨਾ। ਹਾਂ ਇਹ ਮੌਸਮ ਮਿੱਤਰੋ ਸੋਹਣਾ ਹੋ ਗਿਆ, ਹੁਣ ਗਰਮੀ ਟੜੰਤ ਹੋ ਗਈ ਹੈ ਅਤੇ ਸਿਆਲ ਆ ਗਿਆ, ਅਤੇ ਹੁਣ ਦਿਲ ਕਰਦਾ ਧੁੱਪ 'ਚ ਪੈਣ ਨੂੰ, ਕੁਛ ਅੰਤ ਪੈ ਗਿਆ। ਛੋ ਜਾ ਪੱਪੂਆ ਪੈਂਥਰ ਵੀਰਾ ਆਊਗਾ। ਹੈਂ ਕੁਤ ਕਰਾ ਹੀ ਨਿਕਲ ਵੀ ਲੈ ਨਿਕਲੂ ਵੀ ਦੇਖੀ ਹੁਣ ਦੇਖੀ ਕਰੀ ਕੱਚ ਨਿਕਲੂ ਕੱਚ ਇੱਧਰ ਚੁੱਕ ਚੱਲ ਤਾਂ ਟਿੱਟ ਦੀ ਹੋ ਰਹੀ ਆ। ਚਲੀ ਫਿਰ ਚਲੋ ਬਈ, ਪਹਿਲਾਂ ਆਪਾਂ ਚਾਹ ਦਾ ਪਿਆਲਾ ਛਕ ਲਈਏ, ਕਾਫੀ ਪੀਵਾਂਗੇ ਆਪਾਂ ਐਸਪ੍ਰੈਸੋ। ਓਕੇ ਤੇ ਭਾਨ ਕਿੱਥੇ ਪੈਣੀ ਉਹਦੀ? ਓਕੇ ਹੋ ਗਈ। ਅਤੇ ਯੂਕਰੋ ਸੈਂਸਰ ਯੂਕਰੋ, ਆਪਾਂ ਯੁੱਕ ਢਾਬ ਦਾ ਵੀ ਸਕਦੇ ਹਾਂ, ਅਤੇ ਸੈਂਸਰ ਯੂਕਰੋ। ਓਕੇ ਐਸਪ੍ਰੈਸ ਇਨ ਸਿਰੀ 10 ਸੈਂਟ ਘੱਟ ਸ਼ਾਨ ਹੈਗੇ, 10 ਸੈਂਟ ਹੋਰ ਜੇਬ 'ਚ ਨਹੀਂ, ਗੱਡੀ ਕੱਢ ਲਿਆ ਪੰਜਾਹ ਪਾ ਦਿੰਦੇ ਆਪਾਂ। ਹੁਣ ਆਪਾਂ ਕੀ ਪਤਾ ਇਹਨਾਂ ਨੇ ਕਿਵੇਂ ਮਹਿੰਗੀ ਕਰਤੀ, ਪਹਿਲਾਂ 50 ਪੈਸੇ ਸੀਗੀ ਅਤੇ ਹੁਣ ਕਰਤੀ ਇਹਨਾਂ ਨੇ 60 ਚਿੰਤੇਜ਼ਮੀ ਐਕਸਪ੍ਰੈਸ ਅਤੇ ਅੰਦਰ ਪ੍ਰੈਗੋ। ਮੈਂ ਤਾਂ ਆਪਣੀ ਕੱਪੂ ਜੀ ਨਾਲ ਜਿਨਸੰਗ ਲੈਣ ਆਇਆ ਤਾਂ। ਹੋਰ ਕਿਹੜਾ ਗੱਡੀ ਨੇ, ਹੋਰ ਕਿਹੜਾ ਗੱਡੀ ਕੋਈ ਨਹੀਂ, ਐਰੋ ਐਰੋ ਨਹੀਂ ਆਈ, ਉਹ ਗੱਡੀ 'ਚ ਪਏ ਹੋਣੇ ਆ। ਓਕੇ ਕਾਫੀ ਵਿਕਣੇ ਮਿੱਤਰੋ, ਵੈਸੇ ਹੀ ਇਹਦੇ ਵੀ ਜਾਨ ਆ ਜਾਂਦੀ ਆ, ਕੰਮ ਕਰਨ ਨੂੰ ਰੂਹ ਕਰਨ ਲੱਗ ਜਾਂਦੀ ਆ। ਜਿੱਦਾਂ ਨਾ ਆਪਾਂ ਕਹਿੰਦੇ ਹਾਂ ਵੀ ਚਾਹ ਬੰਦਾ ਸਰੀਰ ਲੱਗ ਜਾਂਦਾ ਨਾ, ਇਹਦੇ ਉੱਤੇ ਹੀ ਬੰਦੇ ਦਾ ਸਰੀਰ ਲੱਗ ਜਾਂਦਾ ਦਿਨ ਦੇ ਵਿੱਚ। ਡਾਕਟਰ ਨੇ ਕਿਹਾ ਵੀ 3 ਤਾਂ ਜ਼ਰੂਰ ਪੀਣੀ ਹੈ, ਇਹ ਸਵੇਰੇ ਪੀਣੀ ਹੈ, ਦੁਪਹਿਰ ਨੂੰ ਪੀਣੀ, ਸ਼ਾਮ ਨੂੰ ਪੀਣੀ ਹੈ। ਇਹਦੇ ਨਾਲ ਮਤਲਬ ਬਲੱਡ ਸ਼ੂਗਰ ਸਭ ਕੁਛ ਸਹੀ ਰਹਿੰਦਾ, ਮੈਂਟੇਨ ਰੱਖਦੀ ਹੈ। ਜੇ ਜ਼ਿਆਦਾ ਪੀਂਦੇ ਹਾਂ ਤਾਂ ਹੀ ਨੁਕਸਾਨ ਹੈ, ਅਤੇ ਘੱਟ ਪੀਂਦੇ ਹਾਂ ਤਾਂ ਨੁਕਸਾਨ ਕੋਈ ਨਹੀਂ ਹੈਗਾ, ਤਾਂ ਫਾਇਦਾ ਕੋਈ ਨਹੀਂ। ਆਪਾਂ ਨੇ ਫਾਇਦਾ ਵੀ ਲੈਣਾ, ਬੈਲੈਂਸ ਵਿੱਚ ਰਹਿ ਕੇ ਲੈਣਾ।
ਬਣ ਗਈ ਗੱਲ ਤੇਰੀ? ਨਹੀਂ ਯਾਰ, 60 ਪੈਸੇ 70 ਪੈਸੇ ਲਿਆ ਇੱਥੇ ਰੱਖ, ਜਿੰਨਾ ਗੱਲ ਭੁਣੀ 10 ਪੈਸੇ ਹੋਰ ਹੈਗੇ ਆ। ਨਹੀਂ ਜੇ ਨਾ ਬਣੀ ਤਾਂ ਇੱਧਰ ਤੜਾਲੀ ਜਾ ਕੇ, ਤੂੰ ਮੇਰੇ ਤੋਂ ਪੈਸੇ ਲੈ ਜੀ ਤੂੰ ਜੀ। ਪਹਿਲਾਂ ਪੀਲਾ ਕਿਆ ਪੀਣਾ? ਕੈਪੂਚੀਨੋ? ਕੈਪੂਚੀਨੋ ਜਿੰਸ, ਕੈਪੂਚੀਨੋ ਜਿੰਸ ਹੈਗੇ, ਹੋ ਗਈ ਮਹਿੰਗੀ ਇਹ। 60 ਪੈਸੇ ਦੀ? ਚੱਲ ਤੇਰਾ ਸਰ ਗਿਆ ਬੜੀ ਰੇੜੀ। ਅੱਛਾ ਹੋ ਗਿਆ ਹੈਂ, ਅੱਛਾ ਹੋ ਗਿਆ, ਬੜਾ ਵਧੀਆ ਹੋ ਗਿਆ। ਚੀਨੀ ਕਿੰਨੀ ਪਾਉਣੀ ਹੈ? ਸ਼ੁਕਰੋ ਥੋੜ੍ਹੀ ਜਿਹੀ ਘੱਟ ਕਰ ਦਿਓ, ਵੱਧ ਕਰ ਦਿਓ, ਥੋੜ੍ਹੀ ਵਧਾ ਦਿੰਦਾ ਨਾ। ਚੱਲ ਠੀਕ ਹੋ ਗਿਆ। ਹੁਣ ਦੁਬਾਰਾ ਕਿਹੜੀ ਸੀਗੀ ਤੇਰੀ? ਓਕੇ, ਅਤੇਂਦਰੇ ਪ੍ਰੇਗੋ। ਕੁਸ਼ਾਨ ਕਫੇ ਲੈਣ ਵਾਸਤੇ ਪੂਰਾ ਤਿਆਰ ਬਰ ਤਿਆਰ ਹੋ ਰਿਹਾ, ਬੂਟ ਕੱਸ ਕੇ ਹੁਣ ਰੇਸ ਲਾਉਣ ਨੂੰ ਤਿਆਰ ਖੜਾ ਹੈ ਕੁਸ਼ਾਨ। ਪੂਰੀ ਰਹਿਣ ਪੂਰੀ ਆਪਣੀ ਹੈ, ਹੋ ਗਿਆ ਓਕੇ। ਚਿੱਟੀ ਚਿੱਟੀ ਹੋ ਗਈ, ਮੈਂ ਥੋੜੀ ਕੜੀ ਆਉਗੀ। ਨਹੀਂ ਇਹਨੂੰ ਫੈਲਾਉਣਾ ਵਿੱਚ ਇਹਨੂੰ। ਓ ਯਾ, ਇਹ ਜੀ ਸਲੇ ਚੀਨੀ ਹੋਣੀ ਚੰਗੀ ਤਰ੍ਹਾਂ ਘੋਲਣੀ ਸਲੇ ਇਹਨੂੰ। ਘੋਲਤਾ ਹੀ ਆ ਤੇ ਘੋਲ ਵੀ ਦਿੱਤੀ ਇਹਦੇ ਚੀਨੀ ਵੀ ਦਾ ਦੇਖੋ। ਹਾਂ ਜਿਹੜੀ ਬੂਟਿਆਂ ਨਾਲ ਬਣੀ ਗਈ ਹੈ। ਪੀ ਕੇ ਨਹੀਂ ਬੈਠਦੇ ਕੈਂਪੇ, ਉੱਥੇ ਹੀ ਲੱਗੇ ਆ ਬੂਸਤੇ, ਅੱਗੇ ਨਹੀਂ ਗਿਆ ਪਸਿਆ ਗਏ। ਕੈਚਪ ਦੀਆਂ ਲੱਤੀਆਂ ਤੇ ਕੋਲਾ ਸਾਲ ਲਈ ਤੇ ਗੁਰਸ਼ਾਨ ਲਿਤਾ। ਹਲੇ ਗੁਰਸ਼ਾਨ ਨੇ ਇੱਕ ਚੀਜ਼ ਆਹ ਲੈ ਲਈ ਤੇ ਹਲੇ ਤਾਂ ਹੋਰ ਲੱਭਦਾ ਫਿਰਦਾ, ਹੋਰ ਕੀ ਲੈਣਾ? ਸਮਾਨ ਪੈ ਨੀ ਜਾ ਪਤਾ ਨੀ ਕਾਹਤੇ। ਮੈਨੂੰ ਐ ਸੀਗਾ ਵੀ ਚੱਲ ਮੈਂ ਅੱਜ ਜਾਊਂਗਾ, ਕੈਚਅਪ ਤੇ ਮਾਇਨਸ ਦੀ ਬਾਲਟੀ ਲੈ ਕੇ ਜਾਣੀ ਸੀਗਾ ਮੈਂ ਕਬਾਬ ਵਾਸਤੇ, ਵੀ ਮੈਂ 3-3 4 4 ਲੈ ਕੇ ਜਾਊਂਗਾ, ਫਿਰ 1 ਮਹੀਨਾ ਪੂਰਾ ਪਾਰ ਹੋ ਜਾਊਗਾ। ਪਰ ਨਾ ਕੈਚਅਪ ਦੀ ਬਾਲਟੀ ਹੈ ਨਾ ਮਾਇਨਸ ਦੀਆਂ ਬਾਲਟੀਆਂ, ਹੈ ਉਹ ਨਹੀਂ ਸਾਡੇ ਕੋਲ, ਮੋਟਾ ਸਮਾਨ ਰਹਿ ਇਕੱਲਾ ਰਹਿ ਗਿਆ ਬਸ ਮਾਰਕੀਟ ਦੇ ਵਿੱਚ। ਗੁਰਸ਼ਾਨ ਦੇਖੋ ਕਿੰਨਾ ਕੁ ਲੈ ਲਿਆ ਖਾਣ ਨੂੰ, 3-4 ਪੁੜੀਆਂ ਲੈ ਲਈਆਂ। ਹਾਂ ਜੇ ਲੀਜੀ ਆਪ। ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਸੀਗੀ ਉਹ ਮਾਰਕੀਟ ਤੋਂ ਮਿਲੀ ਨਹੀਂ, ਜਿਹੜੀ ਵਾਸਤੇ ਆਪਾਂ ਆਏ ਸੀ ਭੱਜ ਕੇ। ਜਿਹੜਾ ਨਹੀਂ ਕਰਤਾ ਹੁੰਦਾ ਜਦੋਂ ਟੇਬਲ 'ਤੇ ਬੈਠ ਕੇ ਆਪਣਾ ਕਸਟਮਰ ਪੀਜ਼ਾ ਵਗੈਰਾ ਖਾਂਦਾ ਨਾ, ਉਹ ਆਪਾਂ ਦਿੰਦੇ ਹਾਂ ਕਰਤਾ ਉਹਨੂੰ, ਫਸ ਵਾਲੀ ਤੀ ਕਹਿੰਦੇ ਆ ਉਹਦੇ। ਵੈਸੇ ਵੱਡੀਆਂ ਤਾਂ ਮਾਰਕੀਟ ਤੋਂ ਮਿਲ ਜਾਂਦੀਆਂ, ਜਿਹੜੀ ਛੋਟੀਆਂ ਹੁੰਦੀਆਂ ਨਿੱਕੀ ਨਿੱਕੀਆਂ, ਜਿਹੜੀ ਬਾਹਰ ਦੇ ਬਈਆਂ ਨੂੰ ਸਤਰਪਾਤੀ ਕਹਿ ਦਿੰਦੇ ਉਹਨੂੰ, ਉਹ ਇੱਥੋਂ ਮਿਲਦੇ ਸੀ, ਇੱਥੋਂ ਆਪਾਂ ਲੈਂਦੇ ਸੀ ਅੱਜ, ਔਰ ਇਹਨਾਂ ਦੇ ਖਤਮ ਸਮਾਨ ਹੈ ਨਹੀਂ ਆਇਆ ਹੋਇਆ ਨਹੀਂ, ਅਤੇ ਹੁਣ ਆਪਾਂ ਜਾਣਾ ਪੈਣਾ ਆਪਣੇ ਇੱਥੇ ਸਿਆਨੂ ਬਾਈ ਦਾ, ਜਾ ਕੇ ਦਰਵਾਜ਼ਾ ਖੜਕਾਉਣਾ ਪੈਣਾ। ਉਹਨੂੰ ਫੋਨ ਆਲਰੇਡੀ ਮੈਂ ਕਰਤਾ, ਅਤੇ ਹੁਣ ਉੱਥੇ ਜਾ ਕੇ ਆਪਾਂ ਉਹ ਚੱਕ ਕੇ ਸਮਾਨ ਫਿਰ ਚੱਲਾਂ ਸਿੱਧੇ ਘਰ ਨੂੰ ਆਪਾਂ। ਟੇਬਲ 'ਤੇ ਭੁੱਖ ਤਾਂ ਨਹੀਂ ਲੱਗੀ? ਸ਼ਾਮ ਨੂੰ ਭੁੱਖ ਤਾਂ ਲਾ ਜਾਓ, ਦੇਖੋ ਤਾਂ ਚੱਲਦੀ ਚੋਕਲੇਟ ਅਤੇ ਚੋਕਲੇਟ ਢੀਆਂ ਦਾ ਸ਼ਹਿਰ ਬੈਠਾ ਖੁਦ ਘੱਟ ਹੈ ਜਾਇਆ। ਠੀਕ ਹੈ ਬੇਟੇ, ਪਹੁੰਚ ਗਏ ਆਪਾਂ ਤਿਸਿਆਨੋ ਦੇ ਗੋਦਾਮ ਦੇ ਵਿੱਚ। ਇੱਥੋਂ ਆਪਾਂ ਨੇ 2 ਡੱਬੇ ਲੈ ਲਏ ਆਪਣੇ ਸਤਰਾਪੀ ਵਾਲੇ, ਅਤੇ 1 ਲੈ ਲਿਆ ਆਪਾਂ ਨੇ ਸ਼ੋਪਰ ਬੂਸਟ ਜਿਹਦੇ 'ਚ ਆਪਾਂ ਕੋਲਾ ਬੀਰਾ ਪਾ ਕੇ ਆਪਾਂ ਗਾਹਕ ਨੂੰ ਭੇਜਦੇ ਹਾਂ। ਫਾਈਨਲੀ ਘਰ ਪਹੁੰਚ ਗਿਆ ਮਿੱਤਰੋ, ਟਾਈਮ 1:26 ਹੋ ਗਏ ਨੇ, ਹੋ ਗਿਆ ਤਿਆਰ ਆਪਣਾ ਬਟਰ ਪਨੀਰ। ਪਰ ਗੁਸ਼ਾਨ ਨੇ ਬੜਾ ਤਰੀਕ ਕਰਾਈ ਉਦੋਂ, ਹੈ ਨਾ ਗੁਸ਼ਾਨ ਇਜ਼ ਦਾ ਬੈਸਟ ਕੁੱਕ ਯਾਰ। ਮੈਂ ਕਿਹਾ ਗੁਸ਼ਾਨ ਨੇ ਨਾ ਮਸਾਲਾ ਗ੍ਰੈਂਡ ਕੀਤਾ ਸੀਗਾ ਵਧੀਆ ਨਾ। ਮੈਂ ਵੀ ਗ੍ਰੈਂਡ ਕੀਤਾ ਸੀਗਾ ਜੀ, ਪਰ ਗੁਸ਼ਾਨ ਵਾਲਾ ਥੋੜਾ ਜਿਹਾ ਸਾਡੇ ਵਾਲੀ ਗੱਲ ਕਿੱਥੋਂ ਮੰਨਦੀ ਹੋਵੇ। ਸਹੀ ਗੱਲ ਹੈ, ਹੁਣ ਤਾਂ ਮੈਂ ਕਿਹਾ ਪੰਨਾ ਤਾਂ ਗੁਸ਼ਾਨ ਨੇ ਐਡ ਕਰਨ ਵਾਸਤੇ ਵਿੱਚ ਹੈ। ਹਾਂਜੀ
ਇਦਾਂ ਹੀ ਪਾਨਾ ਆਪਣੇ ਕੀ ਪਾਉਂਦਾ ਹੁੰਦਾ ਜੀ ਉਸ ਹਿਸਾਬ ਨਾਲ ਹੀ ਫਿਰ ਅਸੀਂ ਸ਼ੈਫ ਹੋਏ। ਸਹੀ ਗੱਲ ਹੈ ਨਾ ਨਾ ਪਾਓ ਫਟਾ ਮਤਲਬ ਭੁੱਖ ਬਹੁਤ ਲੱਗੀ ਹੋਈ ਹੈ ਮੁੰਡਾ ਜੋ ਮਰਜ਼ੀ ਆ ਫਟਾਫਟ ਲਿਆਓ ਬਸ ਭੁੱਖਾਂ ਭੂਕ ਕੇ ਮਾਰੇ ਤੜਪ ਰਹੇ ਹੈ ਪੇਟ ਮੇ ਚੂਹੇ ਦੌੜ ਰਹੇ ਹੈ ਬਹੁਤ ਹੀ ਨਾ ਪਾਨਾ ਬਹੁਤ ਵੀ ਗੁੱਡ ਫੈਟ ਹੁੰਦੀ ਹੈ ਬਸ ਹੋ ਗਿਆ ਓਕੇ ਹੋ ਗਿਆ ਬਸ ਹੋ ਇਹਦਾ ਮਤਲਬ ਕੋਲੀ ਪਾ ਕੇ ਨਾ ਉੱਪਰ ਮਾੜਾ ਜਿਹਾ ਪਾਈਟਿਕ ਲੈ ਸਰਵ ਕਰਨ ਵਾਸਤੇ ਟਿੱਕੇ ਹੀ ਲਾ ਰਹੇ ਸੀ ਮੰਨ ਲਈ ਹੁਣ ਲੱਤਾ ਲਿਆਓ ਬਈ ਨਵੀਂ ਰੰਗ ਰੂਪ ਤਾਂ ਮੇਰੇ ਤੋਂ ਦੇਖਣ ਨੂੰ ਲੱਗਦਾ ਘੈਂਟ ਠੀਕ ਨੀ ਤੇ ਬਾਕੀ ਹੁਣ ਆਪਾਂ ਖਾ ਕੇ ਦੱਸਦੇ ਆ ਵੀ ਕਿੱਦਾਂ ਬਣਿਆ ਵਧੀਆ ਬਣਿਆ ਕਿਵੇਂ ਬਣਿਆ ਕਿੰਨੇ ਨੰਬਰ ਗੁਰਸ਼ਾਨ ਨੂੰ ਮਿਲਣਗੇ ਕਿੰਨੇ ਗੁਰਸ਼ਾਨ ਦੀ ਮੰਮਾ ਨੂੰ ਮਿਲਣਗੇ ਇਹ ਤਾਂ ਸਾਨੂੰ ਖਾਣ ਤੋਂ ਬਾਅਦ ਪਤਾ ਲੱਗੂਗਾ ਸਭ ਤੋਂ ਮਿਲ ਗਏ ਹੈ ਸਭ ਤੋਂ ਮਿਲ ਗਏ 10 out of 10 10 to 10 ਸ਼ਾਨ ਬੇਟੇ ਪੈਂਸਰੀ ਤੂੰ ਚੱਲ ਥੱਲੇ ਬੇਟੇ ਚੱਲ ਥੱਲੇ ਚੱਲ ਥੱਲੇ ਚੱਲ ਥੱਲੇ ਚੱਲ 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 ਉੱਥੇ ਚੱਲ ਕਿੱਥੇ ਤੇਰਾ ਖਾਣਾ ਪਿਆ ਚੱਲ ਵੈਰੀ ਗੁੱਡ ਇਹਨੂੰ ਦੇਖੋ ਨੂੰ ਵੀ ਮਸਤੀ ਚੜ ਜਾਂਦੀ ਜਾਂਦਾ ਸੀ ਆ ਸੋਫੇ ਤੇ ਚਾਦਰ ਜਦੋਂ ਵਿਛਾਉਂਦੇ ਆ ਨਾ ਜਾਂ ਅੰਦਰ ਕਮਰੇ ਵਿੱਚ ਵੀ ਇਹ ਦੇਖੋ ਇਹ ਉਹ ਲੈ ਇਹਦੇ ਆ ਕੰਮ ਹੈ ਇਹਦੇ ਆ ਕੰਮ ਉਹ ਪੈਂਥਰ ਪੈਂਥਰ ਹੈ ਉੱਠ ਖੜਾ ਹੋ ਉੱਠ ਖੜਾ ਹੋ ਇਸ ਲਈ ਉੱਠ ਖੜਾ ਹੋ ਉਹ ਸਾਧ ਦੇ ਇਹ ਚੁੱਪ ਹੀ ਬੈਠਾ ਸੀ ਸ਼ਰ ਬਾਹਰੀ ਮਾੜੇ ਜਾ ਪੈਂਥਰ ਮੇਰਾ ਗਿਆ ਤਾਂ ਪੈਂਥਰ ਥੱਲੇ ਹਟ ਜਾ ਹਟ ਜਾ ਇਹਦੇ ਬਾਅਦ ਇਹਨੂੰ ਖਲਾਉਣੇ ਆ ਕਦੇ ਵੀ ਨਹੀਂ ਨਾ ਚਾਦਰ ਵਿਛਾਉਣ ਦੇ ਜੀ ਬੈੱਡ ਦੀ ਟੜੜੇ ਪੈਂਥਰ ਉਹ ਪੈਂਥਰ ਇੱਧਰ ਆ ਬਾਹਰ ਨਿਕਲ ਬਾਹਰ ਨਿਕਲ ਚੱਲ ਥੱਲੇ ਦੇਖੋ ਕੀ ਕਰਦੇ ਚੱਲ ਪੁੱਤ ਚੱਲ ਸ਼ਰ ਫੜ ਦੋ ਚਾਦਰ ਵਿਛਾਉਣੇ ਮੰਮਾ ਨੂੰ ਚਾਦਰ ਪਛਾ ਲੈਣ ਦੇ ਭਰਾ ਲੈ ਤੇਰੀ ਕਟਾਈ ਹੋ ਗਈ ਤੇਰੀ ਚਿਆ ਤੇਰੀ ਕਟਾਈ ਹੋ ਗਈ ਤੇਰੀ ਜਿੱਧਰ ਨਾ ਜਾਂਦੀ ਉਧਰ ਨਾ ਜਾਂਦੀ ਹਾਂ ਲਓ ਪਰਲਾ ਖੁੰਜਾ ਦੀ ਕਰਕੇ ਆ ਦੇਖੀ ਚਾਦਰ ਪੁੰਜਾ ਆ ਦੇਖੀ ਕਰਕੇ ਲੋਟ ਆ ਗਈ ਜੋਰੀ ਵੀ ਆਊਗਾ ਦੇਖੀ ਆਉਂਦਾ ਜੀ ਹਾਂ ਕਾਤੀ ਇਹ ਮੇਰੇ ਤੇ ਕੱਲੇ ਦੀ ਮੈਡਮ ਡਰਦਾ ਤੂੰ ਤੇ ਡਰਦਾ ਗਿਆ ਇਹ ਹੈ ਪੈ ਤੇਰੇ ਤੇਰੇ ਲੱਗਣਗੇ ਇੱਥੇ ਲੈ ਕਾਤੀ ਦੇ ਪਛਾਣ ਨਹੀਂ ਦਿੰਦਾ ਨਾ ਮੈਂ ਪਛਾਣ ਨਹੀਂ ਦਿੰਦਾ ਜੀ ਹਾਂਜੀ ਕਦੇ ਬੈੱਡ ਸ਼ੀਟ ਵੀ ਨਹੀਂ ਵਿਛਾਉਣ ਨਹੀਂ ਅੱਛਾ ਤੇਰਾ ਹੈ ਇਹ ਕਦਾ ਤੇਰਾ ਹੋ ਗਿਆ ਏਡਾ ਵੱਡਾ ਕਦਾ ਹੈ ਕਾਤੀ ਚਲ ਬੈਠ ਜਾ ਚਲ ਰਹਿ ਦੇ ਸੋਨੀ ਬਾਬੂ ਚਲ ਜੀ ਬਾਅਦ ਚ ਵਿਛਾ ਦਿੰਦੇ ਹਾਂ ਹੁਣ ਬਹਿ ਕੇ ਟਿੱਕ ਲੈ
ਹੁਣ ਇਹਨੂੰ ਕੋਈ ਨਹੀਂ ਹੈਗਾ, ਜਨ ਹੱਥ ਲਾਉਣਾ ਪਾ ਜਦੋਂ ਉਦੋਂ ਹੀ ਟੱਪਣੇ ਨੇ ਹੈ ਵੈਂਥਰੇ ਇੱਥੇ ਰੱਖ, ਉਹਨੇ ਪੁੱਛਦੀ ਗਈ ਆਪਣੀ ਕਾਤੇ ਆ ਜਾਂਦੇ ਸੁਪਾਰਣ ਟਾਈਮ ਹੁਣ 3:15 ਹੋ ਗਿਆ ਮਿੱਤਰੋ, ਤਾਂ ਆਪਾਂ ਸ਼ੋਪ ਤਾਂ ਆਪਾਂ ਰਹਿੰਦੇ ਕੰਮ ਹੀ ਸਾਰੇ ਨਿਬੜ ਕੇ ਹੁਣ ਘਰੇ ਆ ਗਏ ਸੀਗੇ, ਅਤੇ ਬਾਕੀ ਕੁਛ ਸ਼ਾਮ ਨੂੰ ਦੇਖੋ ਮੈਂ ਪਿੱਛੇ ਇੰਨਾ ਚੋ ਹੈ ਨਾ, ਇਹ ਬੁੱਕਸ ਖੋਲ੍ਹੀ ਬੈਠਾ ਜਿੱਦਾਂ ਆਇਆ ਬਸ ਰੋਟੀ ਖਾ ਕੇ, ਅਤੇ ਬਸ ਕਦੇ ਉਹਨੂੰ ਇੱਧਰ ਆਹ ਕੱਢ ਲੈਂਦਾ, ਕਦੇ ਉਹ ਕੱਢ ਲੈਂਦਾ, ਕਦੇ ਉਹ ਕੱਢ ਲੈਂਦਾ, ਇਹ ਚੋ ਹੁੰਦਾ ਹੀ ਆ ਕਿਤਾਬਾਂ ਦਾ। ਜਦੋਂ ਅਸੀਂ ਪੜ੍ਹਨ ਜਾਂਦੇ ਸੀ ਸਕੂਲ ਦੇ ਵਿੱਚ, ਨਵੀਂ ਕਲਾਸ ਦੇ ਵਿੱਚ ਜਾਣਾ, ਨਵੀਆਂ ਬੁੱਕਸ ਆਉਣੇ, ਨਵੇਂ ਬੈਗ ਆਉਣੇ, ਤਾਂ ਬਸ ਉਹਨਾਂ ਨੂੰ ਪਤਾ ਕਦੇ ਜਿਲ ਚੜਾ ਲਈ, ਕਦੇ ਉੱਪਰ ਆਪਣਾ ਨੌਵੇਂ ਕਨੋਵੇਂ ਲਿਖਤਾ, ਕਦੇ ਕੁਛ ਕਦੇ ਕੁਛ, ਬਸ ਇੱਦਾਂ ਹੀ ਲੱਗੇ ਰਹਿੰਦੇ ਸੀਗੇ। ਅਤੇ ਬਾਅਦ 'ਚ ਚੋ ਉੱਤਰ ਜਾਂਦਾ, ਸਾਡਾ ਤਾਂ ਉੱਤਰ ਜਾਂਦਾ ਸੀਗਾ, ਅਤੇ ਚਲ ਬੱਚਿਆਂ ਦਾ ਨਾਂ ਉਤਰੇ, ਇਹਨਾਂ ਦਾ ਇੱਦਾਂ ਹੀ ਚੋ ਪੂਰੀ ਕਲਾਸ ਦੇ ਵਿੱਚ ਐਂਡ ਰਿਜ਼ਲਟ ਤੱਕ ਕਿਤਾਬਾਂ ਦੇ ਵਿੱਚ ਬਣਿਆ ਰਹੇ ਸਾਰਿਆਂ ਦਾ। ਅਤੇ ਬਾਕੀ ਮਿੱਤਰੋ ਆਪਾਂ ਹੁਣ ਕਰਾਂਗੇ 2-3 ਘੰਟੇ ਰੈਸਟ, ਅਤੇ ਉਸ ਤੋਂ ਬਾਅਦ ਫਿਰ ਚੱਲਾਂਗੇ ਆਪਾਂ ਆਪਣੀ ਸ਼ੋਪ 'ਤੇ ਸ਼ਾਮ ਦੀ ਡਿਊਟੀ ਕਰਨ ਵਾਸਤੇ। ਅਤੇ ਬਾਕੀ ਅੱਜ ਦਾ ਬਲੌਗ ਇੱਥੇ ਆਪਾਂ ਆਪਣਾ ਬੰਦ ਕਰਦੇ ਹਾਂ, ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਚੈਨਲ ਸਬਸਕ੍ਰਾਈਬ ਕਰਿਓ, ਬੈਲ ਆਈਕਨ 'ਤੇ ਕਰਿਓ ਕਲਿੱਕ, ਸਵੇਰੇ ਮਿਲਾਂਗੇ ਸੋਹਣੇ ਬਲੌਗ ਦੇ ਵਿੱਚ, ਤਦ ਤੱਕ ਸਾਡੇ ਕੋਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।